ਪਾਨੀਆਂ ਪਾਨੀਆਂ ਦਾ ਬੇੜਾ ਗਰਕਰ ਮੇਰੇ ਮੇਰੇ ਬੇੜਾ ਹੀ ਗਰਕਰ ਕੋਰਪੋਰੇਟ ਘਰਾਣਿਆਂ ਦਲਾਲ ਹਾਕਮ ਮਰਦਾਬਾਦ 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 ਅੱਜ ਤੱਕ ਅਸੀਂ ਸਾਡੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੀਟਿੰਗਾਂ ਦਾ ਬਾਈਕਾਟ ਕਰਦੀ ਆ ਰਹੀ ਹੈ ਕਿਸ ਆ ਸਾਨੂੰ ਪਤਾ ਵੀ ਅੱਜ ਤੱਕ ਜਿੰਨੀਆਂ ਵੀ ਮੀਟਿੰਗਾਂ ਕੇਂਦਰ ਸਰਕਾਰ ਨਾਲ ਹੋਈਆਂ ਬੇਸ਼ਟਾ ਨਿਕਲੀਆਂ ਤੇ ਇਹ ਨਿਕਲਨੀਆਂ ਅੱਜ ਵੀ ਬੇਸ਼ਟਾ ਨਿਕਲਣਾ ਕੋਈ ਉਹ ਹਜਾ ਰਿਜ਼ਲਟ ਨਹੀਂ ਕਰਨ ਵਾਲਾ ਪਰ ਫਿਰ ਵੀ ਅਸੀਂ ਸਾਰਿਆਂ ਨੇ ਫੈਸਲਾ ਕਰਕੇ ਕਿਸਾਨ ਮਜਦ ਸੰਘਰਸ਼ ਕਮੇਟੀ ਨੇ ਅੱਜ ਸਾਡੇ ਆਗੂ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਕੀ ਲੱਗਦਾ ਵਾ ਕਿ ਅੱਜ ਕੋਈ ਫੈਸਲਾ ਸਰਕਾਰ ਲੈ ਪਾਵੇਗੀ ਜਾਂ ਜਿਵੇਂ ਪਿਛਲੀਆਂ 5 6 ਮੀਟਿੰਗਾਂ ਜਿਹੜੀਆਂ ਹੋਈਆਂ ਵਾ ਤੁਸੀਂ ਕਹਿੰਦੇ ਜਿਵੇਂ ਉਹ ਬੇਸਿੱਟਾ ਰਹੀਆਂ ਵਾ ਪਰ ਪਿਛਲੀ ਜਿਹੜੀ ਛੇਵੀ ਮੀਟਿੰਗ ਹੋਈ ਉਹਦੇ ਚ ਕੁਛ ਨਾ ਕੁਛ ਹੱਲ ਹੋਇਆ ਲੱਗ ਨਜ਼ਰ ਆਇਆ ਵਾ ਦੇਖੋ ਜਥੇਬੰਦੀਆਂ ਆਸਤੇ ਕਰਦੀਆਂ ਆ ਇਹ ਜਿਹੜੀ ਮੀਟਿੰਗ ਹੋਈ ਹੈ ਨਾ ਹੁਣ ਪਿੱਛੇ 4 ਦਿਨ ਪਹਿਲਾਂ ਹੋ ਕੇ ਢੀਆ ਤੇ ਸਰਕਾਰ ਥੋੜੀ ਜਿਹੀ ਪਿੱਛੇ ਢੀਆ ਪਿੱਛੇ ਢੀਆ ਤੇ ਸਾਨੂੰ ਆਸ ਆ ਕਿ ਆਉਣ ਵਾਲੇ ਸਮੇਂ ਚ ਅੱਜ ਦੀ ਮੀਟਿੰਗ ਚ ਨਹੀਂ ਸਾਰਾ ਕੁਝ ਹੱਲ ਹੋਣਾ ਆਉਣ ਵਾਲੇ ਸਮੇਂ ਚ ਜ਼ਰੂਰ ਸਰਕਾਰ ਪਛਾਣ ਜਾਊਗੀ ਮੈਂ ਮੌਲਕਜੀਤ ਸਿੰਘ ਪ੍ਰੈਸ ਖਤਰ ਜੰਡਿਆਲਾ ਜੋਂ ਦੇਖੋ ਕਹਿੰਦੇ ਹੁੰਦੇ ਨਾ ਇਹ ਬਿਆਨ ਪਹਿਲਾਂ ਵੀ ਆ ਸਕਦੇ ਸੀ ਉਹ ਖਾਨ ਦੇ ਦੰਦ ਹੋਰ ਹਾਥੀ ਦੇ ਤੇ ਵਿਖਾਉਣ ਦੇ ਹੋਰ ਇਹ ਉਹ ਚੀਜ਼ ਆ ਜੀ ਰਿਲਾਈਐਂਸ ਦੇ ਗਡਾਉਨ ਬਣ ਚੁੱਕਿਆ ਰਿਲਾਈਐਂਸ ਦੇ ਤੋੜਿਆਂ ਦੇ ਉੱਤੇ ਮੋਹਰਾ ਲੱਗ ਚੁੱਕੀਆਂ ਵਾ ਜੀਓ ਦੀਆਂ ਪੈਕਿੰਗ ਹੋ ਰਹੀ ਆ ਇਹ ਮਤਲਬ ਇੱਕ ਜਦੋਂ ਉਹਨਾਂ ਦੀ ਦੁੱਖ ਦੀ ਨਾੜ ਨੂੰ ਹੱਥ ਪਾਇਆ ਕਿਸਾਨ ਮਜ਼ਦੂਰ ਨੇ ਦੇਸ਼ ਦੇ ਲੋਕਾਂ ਨੇ ਤੋਂ ਇਸ ਕਰਕੇ ਬਖਲਾਹਰ ਦੇ ਵਿੱਚ ਇਹੋ ਜਿਹੇ ਬਿਆਨ ਦੇ ਰਹੇ ਆ ਕਿਉਂਕਿ ਜੀਓ ਉਹਨਾਂ ਦੀ ਧੜਾ ਤੜ ਪੋਰਟ ਹੋ ਰਹੀ ਆ ਉਹਨਾਂ ਦੀ ਜੀਓ ਜਿਹੜੀ ਹੈ ਰੀਡ ਦੀ ਹੱਡੀ ਆ ਇਸ ਬਖਲਾਹਰ ਦੇ ਵਿੱਚ ਕਿ ਅਸੀਂ ਸਾਰਾ ਜਾਂਦਾ ਵੇਖ ਮੱਲਾ ਇਹੋ ਜਿਹਾ ਬਿਆਨ ਦੇ ਰਹੇ ਆ ਵੀ ਅਸੀਂ ਕਹੀਏ ਵੀ ਅਸੀਂ ਇਸ ਚੀਜ਼ ਦੇ ਨਾਲ ਸਾਡਾ ਕੋਈ ਨਾਤਾ ਨਹੀਂ ਪਰ ਕਿ ਇੱਥੋਂ ਤੱਕ ਜਿੱਥੋਂ ਦਾ ਉਹਨਾਂ ਦੇ ਗੋਡਾਊਨ ਬਣ ਚੁੱਕੇ ਆ ਸਾਰਾ ਕੁਝ ਵੀ ਸਾਨੂੰ ਪਤਾ ਵੀ ਇਸ ਪੂਰੀ ਪਾਲਿਸੀ ਦੇ ਵਿੱਚ ਸਰਕਾਰ ਦੇ ਨਾਲ ਇਹ ਕੰਪਨੀਆਂ ਇਨਵੋਲਵ ਸੀ ਤੇ ਗਾੜੀ ਵੀ ਰਹਿਣ ਵਾਲੀ ਆ ਪਰ ਕੁਝ ਦਿਨ ਲੋਕਾਂ ਦਾ ਰੋਹ ਠੰਡਾ ਕਰਨ ਨੂੰ ਇਹੋ ਜਿਹਾ ਬਿਆਨ ਦੇ ਰਹੇ ਆ ਪਰ ਉਹਨਾਂ ਦਾ ਕਹਿਣਾ ਕਿ ਸਿੱਧੀ ਖਰੀਦ ਜਿਹੜੀ ਆ ਉਹ ਨਹੀਂ ਕੀਤੀ ਜਾਵੇ ਕੰਪਨੀ ਵੱਲੋਂ ਸਿੱਧੀ ਖਰੀਦ ਨਹੀਂ ਕੀਤੀ ਜਾਵੇਗੀ ਐਮਐਸਪੀ ਦੇ ਆਧਾਰ ਤੇ ਖਰੀਦ ਜਿਹੜੀ ਉਹ ਪਹਿਲਾਂ ਵੀ ਦੇਖੋ ਜੀ ਸਰਕਾਰ ਵੀ ਇਹੀ ਚਾਹੁੰਦੀ ਆ ਕਿ ਅਸੀਂ ਦਲਾਸਾ ਦੇ ਕੇ ਇਹਨਾਂ ਨੂੰ ਘਰਾਂ ਨੂੰ ਤੋੜ ਦਈਏ ਇਹਨਾਂ ਦੇ ਧਰਨੇ ਪ੍ਰੋਟੈਸਟ ਖਤਮ ਕੀਤੇ ਜਾਣ ਤੇ ਕੰਪਨੀ ਵੀ ਉਸੇ ਪੋਲਿਸੀ ਨਾਲ ਚੱਲ ਰਹੀ ਆ ਕਿ ਕਿਸੇ ਤਰ੍ਹਾਂ ਇਹਨਾਂ ਦੇ ਰੋਹ ਨੂੰ ਠੰਡਾ ਕੀਤਾ ਜਾਵੇ ਅੱਜ ਦੀ ਡੇਢ ਚ ਇਹਨਾਂ ਨੂੰ ਚੁੱਪ ਕਰਾਇਆ ਜਾਵੇ ਕੱਲ ਨੂੰ ਪਿਛਲੇ ਚੋਰ ਮੋਰੀ ਥਾਣੀ ਦਰਵਾਜੇ ਥਾਣੀ ਅਸੀਂ ਇਹ ਕਾਨੂੰਨ ਫੇਰ ਇੰਪਲੀਮੈਂਟ ਕਰਕੇ ਲਾਗੂ ਇਹਨਾਂ ਦੇ ਉੱਤੇ ਉਹੀ ਥੋਪਣਗੇ ਤੇ ਜੇ ਅਸੀਂ ਅੱਜ ਇਹ ਸੰਘਰਸ਼ ਨੂੰ ਵਾਪਸ ਨਾ ਕਰਾਏ ਪਾਏ ਤੇ ਇਹ ਫੇਰ ਉਹ ਚਾਰ ਚੋਰ ਦਰਵਾਜੇ ਥਾਣੀ ਇਹੀ ਕਾਨੂੰਨ ਸਾਡੇ ਦੇ ਉੱਤੇ ਫੇਰ ਥੋਪੇ ਜਾਣਗੇ ਤੇ ਦੁਬਾਰਾ ਸਾ